ਧੰਨਵਾਦ ਬਾਈ ਬਾਕੀ ਸਾਰੇ ਪੰਜਾਬ ਵਾਲੇ ਤੁਹਾਡਾ ਬਹੁਤ ਧੰਨਵਾਦ ਬਾਈ ਤੁਸੀਂ ਚਟਾਨ ਬਣ ਕੇ ਖੜੇ ਹੋ ਮੇਰੇ ਨਾਲ ਵੀ ਖੜੇ ਹੋ ਦੀਪ ਨਾਲ ਵੀ ਖੜੇ ਹੋ ਪਰ ਹੁਣ ਅੰਦੋਲਨ ਨਾਲ ਖੜੋ ਬਾਈ ਹੁਣ ਕੋਲ ਨਾਲ ਖੜੋ ਹੁਣ ਮੋਰਚੇ ਨਾਲ ਖੜੋ ਹੁਣ ਜਿੱਤ ਨਾਲ ਖੜੋ ਬਸ ਉਹਨੂੰ ਇਹ ਅਪੀਲ ਆ ਇਹ ਬੇਨਤੀ ਆ ਕਿਉਂਕਿ ਸਾਡੇ ਲਈ ਜੱਤ ਬਾਲੇ ਵੱਡੇ ਮਹਾਨੇ ਰੱਖਦੀ ਆ ਬਾਲੇ ਵੱਡੇ ਮਹਾਨੇ ਰੱਖਦੀ ਆ ਜੱਤ ਨੇ ਸਾਡੇ ਪੰਜਾਬ ਨੂੰ 100 ਸਾਲ ਅੱਗੇ ਲੈ ਜਾਣਾ ਹਰਿਆਣੇ ਨੂੰ ਅੱਗੇ ਲੈ ਜਾਣਾ ਰਾਜਸਥਾਨ ਨੂੰ ਯੂਪੀ ਨੂੰ ਅੱਗੇ ਲੈ ਜਾਣਾ ਸਾਡੇ ਹਰ ਇਨਸਾਨ ਨੂੰ ਅੱਗੇ ਲੈ ਜਾਣਾ ਸਾਡੀ ਹਾਰ ਨੇ ਬਾਈ ਸਾਨੂੰ ਉਹ ਖੂਹ ਸਿੱਟ ਦੇਣਾ ਉਹਨੇ ਰੇ ਸਿੱਟ ਦੇਣਾ ਉਹ ਤਬਾਹੀ ਸਿੱਟ ਦੇਣਾ ਸਾਡਾ ਬਾਈ ਉੱਠਣਾ ਉੱਥੋਂ ਮੁਸ਼ਕਲ ਹੋ ਜਾਣਾ ਬਸ ਇਹੀ ਤੁਹਾਨੂੰ ਬਾਰ-ਬਾਰ ਆਲੇ ਹੱਥ ਬੰਨਦਾ ਥੋਡੇ ਮੂਰੇ ਪੰਜਾਬ ਵਾਲਿਓ ਹੱਥ ਬੰਨ ਕੇ ਬਾਈ ਬੇਨਤੀਆਂ ਕਰਦਾ ਹੱਥ ਬੰਨਦਾ ਉਹਨਾਂ ਭਰਾਵਾਂ ਮੂਰੇ ਜਿਹੜੇ ਆ ਬਨਾਮ ਬਨਾਮ ਕਰ ਰਹੇ ਆ ਇਹ ਬਨਾਮ ਬਨਾਮ ਵਾਲੀ ਖੇਡ ਬਾਈ ਖੇਡਣਾ ਛੱਡੋ ਏ ਏ ਬੀ ਸੀ ਉਹਦੇ ਨਾਲ ਆ ਉਹ ਫਲਾਨਾ ਨਹੀਂ ਉਹਦੇ ਨਾਲ ਉਹ ਧਮਕਾ ਨਹੀਂ ਉਹਦੇ ਨਾਲ ਸਾਰਾ ਮੈਂ ਮੈਂ ਤੁਹਾਨੂੰ ਕਹ ਰਿਹਾ ਤੈਨੂੰ ਜਾਂਦਾ ਜਾਂਦਾ ਬਾਈ ਗੱਲ ਦਾ ਮੈਂ ਪੰਜਾਬ ਵਾਲੋ ਮੈਂ ਪੰਜਾਬ ਦੇ ਹਰ ਉਸ ਬੰਦੇ ਦੇ ਨਾਲ ਤੁਰੂੰਗਾ ਖੜੂੰਗਾ ਲੜੂੰਗਾ ਜਿਹੜਾ ਬੰਦਾ ਸੱਚੇ ਦਿਲੋਂ ਇਮਾਨਦਾਰੀ ਨਾਲ ਪੰਜਾਬ ਲਈ ਤੁਰੂਗਾ ਪੰਜਾਬੀਅਤ ਲਈ ਤੁਰੂਗਾ ਸਾਡੀ ਕੌਮ ਲਈ ਤੁਰੂਗਾ ਆਉਣ ਵਾਲੇ ਭਵਿੱਖ ਲਈ ਤੁਰੂਗਾ ਮੈਨੂੰ ਕੋਈ ਹਰਜ ਨਹੀਂ ਉਹਦੇ ਮੈਂ ਮਗਰ ਰਹਿ ਕੇ ਵੀ ਤੁਰਨ ਨੂੰ ਤਿਆਰ ਆ ਮੈਂ ਇਹ ਗੱਲਾਂ ਨਹੀਂ ਸੋਚਦਾ ਹਾਂ ਕਿ ਕੌਣ ਮੰਗਰਾ ਕੌਣ ਮਰੇਆ ਮੈਨੇ ਰੱਖਦਾ ਹਣਾ ਤੁਹਾਡਾ ਕੰਮ ਬੋਲਦਾ ਹੁੰਦਾ ਤੁਹਾਡੇ ਕੰਮ ਨੇ ਬੋਲਣਾ ਹੁੰਦਾ ਖੀਰ ਦੇ ਉੱਤੇ ਜਾ ਕੇ ਵੀ ਹਾਂ ਕਿਹੜਾ ਬੰਦਾ ਦਾ ਕੀ ਯੋਗਦਾਨ ਰਿਹਾ ਕੀ ਕੰਮ ਰਿਹਾ ਉਹ ਇਕੱਲੇ ਆਪਾਂ ਸੋਸ਼ਲ ਮੀਡੀਆ ਤੇ ਬੈਠ ਕੇ ਨਹੀਂ ਬਾਈ ਹੀਰੋ ਬਣ ਸਕਦਾ ਹੁੰਦਾ ਬੰਦਾ ਕੋਈ ਪ੍ਰਚਾਰ ਕਰਕੇ ਨਹੀਂ ਹੀਰੋ ਬਣ ਸਕਦਾ ਹੁੰਦਾ ਹਨ ਉਹ ਲੋਕਾਂ ਦੀ ਨਜ਼ਰ ਚ ਧਰਤੀ ਦੇ ਉੱਤੇ ਗਰਾਊਂਡ ਦੇ ਉੱਤੇ ਹੇਠਲੇ ਲੈਵਲ ਦੇ ਉੱਤੇ ਤੁਸੀਂ ਕੰਮ ਕਰੋਗੇ ਲੋਕਾਂ ਨੂੰ ਪਤਾ ਆਪੀ ਲੱਗ ਜਾਂਦਾ ਹੁੰਦਾ ਬਾਈ ਬਸ ਆ ਵਾਰ-ਵਾਰ ਮੇਰਾ ਵੀਰ ਬੇਨਤੀਆਂ ਨਾ ਕਰੋ ਨਹੀਂ ਫਿਰ ਮੈਂ ਜਿਹੜਾ ਹੁਣ ਹਟਿਆ ਨਾ ਨਾ ਆ ਕਰਨੋ ਬਨਾਮ ਬਨਾਮ ਖੇਡ ਫਲਾਨਾ ਠਮਕਾ ਉਹਦੇ ਆ ਸੀ ਉਹਦੇ ਫਿਰ ਮੈਂ ਨਾਮ ਲੈ ਕੇ ਬੋਲੂਗਾ